29 ਆウトੋ ਕਾਰਵਾਨ ਦੇ ਬਾਰੇ ਪੜ ਲਗਿਆ ਭਾਈ ਆウトੋ ਕਾਰਵਾਨ ਵੀ ਇੱਕ ਵਹੀਕਲ ਏ ਅਸੀਂ ਅੱਜਕਲ ਵਹੀਕਲ ਪੜ ਰਹੇ ਹਾਂ ਨਾ ਵਹੀਕਲ ਚ ਫਿਰ ਹਰ ਗੱਡੀ ਦਾ ਨਾਮ ਲੈ ਰਹੇ ਆਂ ਆウトੋ ਕਾਰਵਾਨ ਵੀ ਵਹੀਕਲ ਇਹ ਵੀ ਆਟੋ ਵਹੀਕਲ ਦਾ ਹੀ ਹਿੱਸਾ ਬਣੇਗੀ ਆਟੋ ਵਹੀਕਲ ਅਸੀਂ ਕਿਹਾ ਸੀ ਕੋਈ ਵੀ ਚਾਰ ਟੈਰਾਂ ਵਾਲੀ ਗੱਡੀ ਹੋਵੇ ਔਰ ਇੰਜਨ ਨਾਰਮਲ ਗੱਡੀ علاوہ ਅਸੀਂ ਉਹਨੂੰ ਆਟੋ ਵਹੀਕਲ ਕਹਾਂਗੇ ਅਗੂ ਫਿਰ ਆਟੋ ਵਹੀਕਲ ਕਈ ਗੱਡੀਆਂ ਨੇ ਉਹਨਾਂ ਦੇ ਫਿਰ ਆਪਣੇ ਆਪਣੇ ਨਾਮ ਹੀ ਲੈ ਆਉਟੋ ਕਾਰਵਾਨ ਆਉਟੋ ਮੀਨ ਇੰਜਰਡ ਵਾਲੀ ਗੱਡੀ ਹੈ ਕਾਰਵਾਨ ਮਤਲਬ ਇਹਦੇ ਵਿੱਚ ਘਰ ਬਣਿਆ ਹੋਇਆ ਰੈਸ਼ ਬਣੀ ਹੋਈ ਹੈ ਹਾਂਜੀ ਮੁਕੰਮਲ ਜਿਸ ਤਰ੍ਹਾਂ ਕਿ ਇਹ ਫੋਟੋ ਨੇ ਦਿਖਾਈਏ ਕਿ ਆਉਟੋ ਕਾਰਵਾਨ ਵਿੱਚ ਕਿਚਨ ਬਾਥ ਇਹ ਉਹ ਤਾਂ ਕਿ ਸਾਈਕਲ ਖੜੀ ਕਰਨ ਦੀ ਵੀ ਜਗ੍ਹਾ ਹੈ ਆਵਟੋ ਕਾਰਵਾਨ ਸਵਾਲਜ ਕੇਗਾ ਕਿ ਇਹਨੂੰ ਟ੍ਰਾਂਸਪੋਰਟ ਦਾ ਵੀ ਕੰਮ ਲੈ ਸਕਦੇ ਹੋ ਇਹਦੇ ਕੋਲੋਂ ਔਰ ਲੋਜ ਰਹਿائش ਦਾ ਵੀ ਕੰਮ ਲੈ ਸਕਦੇ ਹੋ ਹਾਂਜੀ ਇਹ ਕਮਰੇ ਵਾਲਾ ਮਕਾਨ ਵੀ ਹੈ ਇਹਦੇ ਵਿੱਚ ਬਣਿਆ ਆਵਟੋ ਕਾਰਵਾਨ ਤੁਸੀਂ ਦੇਖ ਰਹੇ ਹੋ ਹਰ ਸਵਾਲ ਦੇ ਵਿੱਚ ਉਹ ਜ਼ਰੂਰ ਲਿਖਦਾ ਹੈ ਆਵਟੋ ਕਾਰਵਾਨ ਆਵਟੋ ਕਾਰਵਾਨ ਆਵਟੋ ਕਾਰਵਾਨ ਕੈਂਪਰ ਇੰਗਲਿਸ਼ 'ਚ ਇਹਦਾ ਨਾਮ ਰੱਖ ਲਓ ਇਹਦੇ ਦੋ ਫਾਇਦੇ ਨੇ ਪਹਿਲਾ ਫਾਇਦਾ ਟ੍ਰਾਂਸਪੋਰਟ ਦਾ ਕੰਮ ਦਿੰਦੀ ਹੈ दूजा फायदा आलोजो रिहायश का काम देती है दो ही फायदे किड़े केड़ जी ट्रांसपोर्ट आलोजो ट्रांसपोर्ट आलोजो ठीक है नार सवाल लिख अब आटो कारावान एक वहीकल है स्पेचाले, स्पेशल स्पैशल कारोसेरिया बॉडी बनाई गई है पेरेसेरे और ये तैयार की गई है ਟਰਾਂਸਪੋਰਟ ਕਰਦੀ ਹੈ ਟਰਾਂਸਪੋਰਟ ਦਾ ਕੰਮ ਵੀ ਦਿੰਦੀ ਹੈ ਯਾਨੀ ਸਮਾਨ ਇੱਧਰ ਉੱਧਰ ਲੈ ਕੇ ਜਾਣਾ ਅਲੋ ਜੋ ਰਹਿائش ਦਾ ਕੰਮ ਵੀ ਦਿੰਦੀ ਹੈ ਕਿ ਤੁਸੀਂ ਇਹਨੂੰ ਖੜਾ ਕਰਕੇ ਤੇ ਇਹਦੇ ਵਿੱਚ ਰਿਆਸ਼ ਕਰ ਲਓ ਆਟੋ ਕਾਰਵਾਨ ਦੇ ਦੋ ਫਾਇਦੇ ਮੈਂ ਲਿਖ ਦਿੱਤੇ ਨੇ ਆਟੋ ਕਾਰਵਾਨ ਸੋਨੋ ਵੇਹੀਕੂਲੀ ਅਵੈਂਤੀ ਸਪੀਚਾਲੇ ਕਰੂਸੇਰੀਆ ਇਹਦੀ ਸਪੈਸ਼ਲ ਬਾਡੀ ਹੁੰਦੀ ਹੈ perecere adebiti transport da kaam hi kardiye pallo jo rehish da kaam hi kardiye do fayde dasde so fer maximus hi mo maximum numero number persone bande yani maximum ginti bandiyan di jehde vich baith sakde ne indicatu et dasse agae karta di circulatione ਇਹ ਕੋਈ ਪਹਿਲੇ ਤੋਂ ਇਹ ਕਹਿ ਕੇ ਆਟੋ ਕਾਰਵਾਨ ਦੋ ਫਾਇਦੇ ਦਿੰਦੀ ਹੈ ਟਰਾਂਸਪੋਰਟ ਪਲੱਸ ਰਿਹੈਸ਼ ਫਿਰ ਉਸ ਤੋਂ ਬਾਅਦ ਸਵਾਲ ਇਹ ਕਿ ਜੀ ਕਿੰਨੇ ਬੰਦੇ ਬੈਠਣਗੇ ਉਹ ਕਹਿੰਦਾ ਨੁਮੈਰੋ ਪਰਸੋਨੇ ਬੰਦੇ ਕਿੰਨੇ ਬੈਠਣਗੇ ਇੱਕ ਕਾਪੀ 'ਚ ਲਿਖਿਆ ਹੋਇਆ ਹੈ ਉੱਥੇ ਪੜ੍ਹ ਲਓ ਠੀਕ ਹੈ ਜੀ ਪੜ੍ਹ ਲਈ ਲਿਆ ਫਿਰ ਇਹ ਵੀ ਸਵਾਲ ਸੇਮ ਹੀ ਹੈ ਕਿ ਆਟੋ ਕਾਰਵਾਨ ਇੱਕ ਵਹੀਕਲ ਹੈ ਆਤਰੀਜ਼ਾਤੀ ਬਣਾਈ ਗਈ ਹੈ ਪਰਮਾਨੈਂਟ ਇੰਗਲਿਸ਼ 'ਚ ਪਰਮਾਨੈਂਟ ਕਹਿ ਲੋ ਇਹਨੂੰ ਪਰਮਨੈਂਟ ਪਰੇਸੇਰੇ ਆਦੀ ਬੀਤੀ ਟਰਾਂਸਪੋਰਟ ਦਾ ਕੰਮ ਕਰਦੀ ਹੈ ਪਲੱਸ ਅਲੋ ਜੋ ਰਿਹੈਸ਼ ਕਾ ਕੰਮ ਕਰਦੀ ਹੈ ਫਿਰ ਸੋਨੇ ਬੰਦੇ ਬੰਦਿਆਂ ਦੀ ਰਿਹੈਸ਼ ਉਹਦੇ ਵਿੱਚ ਡੰਗਰ ਨਿਵਾਲ ਨੇ ਆਟੋ ਕਾ ਰਵਾਨ ਦੋ ਫਾਇਦੇ ਦੀ ਟਰਾਂਸਪੋਰਟ ਪਲੱਸ ਰਿਹੈਸ਼ ਬੇਰੇ ਖਿਆਲ ਆ ਟੋ ਕਾ ਰਵਾਨ ਦੇ ਸਵਾਲਾਂ ਇੱਕ ਟਰਾਂਸਪੋਰਟ ਤੋਂ ਲੋਜੋ ਹੈ ਹੀ ਵੇ ਰਏ ਤਿੰਨਾਂ ਚ ਤੇ ਆਏ ਆ ਫਾਲਸ ਸੂਚ ਦੇਖ ਲਈਏ ਜੇ ਨਹੀਂ ਆਇਆ ਤੇ ਫਿਰ ਇਹਨੂੰ ਟ੍ਰਿਕ ਬਣਾ ਲਓ ਵੇਖੋ ਨਾ ਹੁਣ ਇਹ ਫਾਲਸ ਹੋਏ ਇਹਦੇ ਚ ਟ੍ਰਾਂਸਪੋਰਟੋ ਲੋ ਜੋ ਕੋਈ ਨਹੀਂ ਫਾਲਸੋ ਇਹਦੇ ਚ ਵੀ ਟ੍ਰਾਂਸਪੋਰਟੋ ਲੋ ਜੋ ਕੋਈ ਨਹੀਂ ਟ੍ਰਾਂਸਪੋਰਟੋ ਲੋ ਜੋ ਕੋਈ ਨਹੀਂ ਕੋਈ ਨਹੀਂ ਹੈਨਾ ਤੁਸੀਂ ਕਹਿ ਸਕਦੇ ਹੋ ਜੀ ਔਤੋ ਕਾਰਵਾਂਚੇ ਦੇ ਟ੍ਰਾਂਸਪੋਰਟੋ ਯਾਗਿਆ ਲੋ ਜੋ ਯਾਗਿਆ ਮੈਂ ਉਸ ਵਾਰ ਵੇਰੋ ਕਰਾਂਗਾ ਠੀਕ ਹੈ ਨਾ ਆ ਵੇਖੋ ਨਾ ਵਨਿਚ ਵੀ ਆਇਆ ਟ੍ਰਾਂਸਪੋਰਟੋ ਲੋ ਜੋ ਦੂਜੀ ਵੀ ਆਇਆ ਹੈ ਟ੍ਰਾਂਸਪੋਰਟ ਲੋਜੋ 3 ਚ ਵੀ ਆਇਆ ਹੈ ਟ੍ਰਾਂਸਪੋਰਟ ਲੋਜੋ ਟਰਿਕ ਵੀ ਬਣਾ ਸਕਦੇ ਹੋ ਬਗੈਰ ਪੜੀ ਹੋਏ ਤਿੰਨੇ ਸਵਾਲ ਤੁਸੀਂ ਹੱਲ ਕਰ ਸਕਦੇ ਹੋ ਆਟੋ ਕਾਰਵਾਨ ਦੇ ਬਾਰੇ ਪੜ੍ਹ ਰਿਹਾ ਐਸ ਗੱਡੀ ਦੇ ਬਾਰੇ ਠੀਕ ਹੈ ਜੀ ਅ ਅਗਲਾ ਸਵਾਲ ਆਟੋ ਕਾਰਵਾਨ ਨੂੰ ਸੋ ਜੀਤੀ ਦੀ ਹੁੰਦੀ ਹੈ ਰਿਵੀਜ਼ਿਓਨ ਇਹਨੂੰ ਪਾਸ ਕਰਾਣਾ ਪੈਂਦਾ ਹੈ ਪੀਰੀਓਡਿਕ ਥੋੜੇ ਥੋੜੇ ਟਾਈਮ ਬਾਅਦ ਯਾਨੀ ਕੁਝ ਸਮਾਂ ਬਾਅਦ ਇਦੀ ਹੁੰਦੀ ਹੈ ਰਿਵੀਜ਼ਨ ਨੇ ਪੀਰੀਓਡਿਕ ਫਾਲਸੋ ਸਵਾਲ ਜਿੱਥੇ ਨੋਨ ਲਾ ਦੇਗਾ ਕਿਦਾ ਨਹੀਂ ਹੁੰਦੀ ਰਿਵੀਜ਼ਿਓਨ ਨੇ ਯਾਨੀ ਨਹੀਂ ਇਹਨੂੰ ਪਾਸ ਕਰਾਣਾ ਪੈਂਦਾ ਫਾਲਸ ਹੋ ਜਾਂਦਾ ਹੈ ਇਹ ਵੀ ਰੋ ਹੈ ਨਾ ਤੇ ਫਾਲਸੋ ਚਾਓ ਅੰਦਰ ਆਊਟ ਟੂ ਕਾਰਵਾਨ ਇੱਕ ਰਿਮੋਰਕੀ ਹੈ ਰਿਮੋਰਕੀ ਵਿੱਚ ਟ੍ਰੌਲੀ ਹੈ ਨਹੀਂ ਜੀ ਇਹ ਇੱਕ ਗੱਡੀ ਹੈ ਮੁਕੰਮਲ ਰਿਮੋਰਕੀ ਤੇ ਹੁੰਦੀ ਹੈ ਕਿ ਉਹਦੇ ਵਿੱਚ ਇੰਜਨ ਨਹੀਂ ਹੁੰਦਾ ਹੈ ਨਾ ते एक गल फिर गलत है कि ये रिपोर्ट की है ऑटो कारावान एक वहीकल है देस्तीनाती ये बनाई गई है लवोरो अग्रिकोले अजी खेती का काम करती है नहीं जी एग्रीकल्चर काम ठीक नहीं है तो फस जाएगी निकलेगी नहीं ये भी गल गलत होगी झूठे सवाल बनाए ਆਉਟੋ ਕਾਰਾਵਾਨ ਇੱਕ ਵਹੀਕਲ ਹੈ ਬਣਾਈ ਗਈ ਹੈ ਕੋਸਤਰੂ ਸਿਓ ਨੇ ਮਾਨੂ ਤਨ ਸਿਓ ਨੇ ਮੇਨਟੇਨੈਂਸ ਕਰਦੀ ਹੈ ਉਹ ਫੇਰ ਇਸ ਤਰ੍ਹਾਂ ਦਾ ਰੋਡ ਤੇ ਕੰਮ ਕਰਦੀ ਹੈ ਅੰਦਰ ਆਟੋ ਕਾਰਾਵਾਨ ਰੋਡ ਤੇ ਕੰਮ ਕਰਦੀ ਹੈ ਇਹ ਫਾਲਸ ਹੋ ਗਿਆ ਆਉਟੋ ਕਾਰਾਵਾਨ ਪੋਸੀਬਲ ਹੈ ਵਿਆਜ ਦਾ ਸਫਰ ਕਰ ਲੂ ਪੀਏ ਦੀ ਪੀਏ ਦੀ ਦਾ ਮਤਲਬ ਹੁੰਦਾ ਖੜੇ ਹੋ ਕੇ ਐ ਜੋ ਤੂੰ ਫੜ ਲੂ ਡੰਡਾ ਜਿਹਾ ਉਹਦਾ ਤੇ ਖੜੇ ਹੋ ਕੇ ਸਫਰ ਕਰ ਲਓ ਕਟ ਹੈ ਨਾ ਵਿਆਜਾ ਸਫਰ ਕਰੋ ਖੜੇ ਹੋ ਕੇ ਬਰੇਵੀ ਤਰਾਤੀ ਥੋੜਾ ਹੀ ਥੋੜਾ ਜਿਨਾ ਫਾਲਸੋ ਬਰੇਵੀ ਮੀਨ ਥੋੜਾ ਤੋ ਬਹਰਾਲ ਆਟੋ ਕਾਰਵਾਨ ਮੇ ਖੜੇ ਹੋ ਕੇ ਸਫਰ ਨਹੀਂ ਕਰਨਾ ਜੀ ਬੈਠ ਕੇ ਕਰਨਾ ਕਿਉਂਕਿ ਬੰਦਾ ਡਿੱਗ ਪੇਗਾ ਖੜੇ ਹੋ ਕੇ ਡਰਾਈਵਰ ਬ੍ਰੇਕ ਮਾਰੇਗਾ ਤੇ ਇਹਨੂੰ ਰਹਿائش ਵੀ ਬਣਾਣਾ ਤੇ ਬੈਠ ਜਦੋਂ ਖੜਾ ਹੋਏ ਤਾਂ ਖੜੇ ਵੀ ਹੋਣਾ ਤੇ ਇਹਨੂੰ ਜਦੋਂ ਸਟਾਪ ਹੋਏ ਤਾਂ ਤੇ ਬਰ ਅਲਪੀ ਦੀ ਗਲਤ ਹੈ ਆਉਤੋ ਕਾਰਵਾਨ ਇਹਦੀ ਹੁੰਦੀ ਏ ਰਿਵੀਜ਼ਿਓਨੇ ਪਾਸ ਕਰਾਣਾ ਪੈਂਦਾ 5 ਕਿਉਂ ਆਨੀ ਬਾਦ 5 ਸਾਲਾਂ ਬਾਦ ਨਹੀਂ ਜੀ ਜਦੋਂ ਨਿਊ ਲੈ ਕੇ ਆਓ ਤੇ ਫੇਰ ਕਿਤਨੀ 4 ਸਾਲਾਂ ਦੀ ਰਿਵੀਜ਼ਿਓਨੇ ਹੋਈ ਹੁੰਦੀ ਏ ਫੇਰ ਦੂਹਿਆਨੀ ਦੋ ਦੋ ਸਾਲ ਬਾਦ ਸਾਨੂੰ ਇਹਨੂੰ ਰਿਵੀਜ਼ਿਓਨੇ ਕਰਾਣੀ ਪੈਂਦੀ ਏ ਰਿਵੀਜ਼ਿਓਨੇ ਮੀਨ ਉਹ ਲੈ ਕੇ ਜਾਂਦੇ ਆ ਸੀ ਇੱਕ ਇਹਨਾਂ ਦੇ ਅਥਾਰਟੀ ਵਾਲੀਆਂ ਵਰਕਸ਼ਾਪਾਂ ਹੁੰਦੀਆਂ ਨੇ ਉਹ ਚੈੱਕ ਕਰਦੇ ਨੇ ਫਿਰ ਉਹਨੂੰ ਸਾਰੀ ਇਹਦੀ ਮਸ਼ੀਨਰੀ ਫਿਰ ਕਹਿੰਦੇ ਨੇ ਕਿ ਹਾਂ ਜੀ ਤੁਹਾਡੀ ਗੱਡੀ ਠੀਕ ਹੈ ਫਿਰ ਇੱਕ ਮੋਰ ਲਾ ਦੇਦੇ ਲੈਟਰ ਬਣਾ ਦਿੰਦੇ ਉਹਨੂੰ ਕਹਿੰਦੇ ਨੇ ਰਿਵੀਜ਼ਿਓਨ ਹੈ ਇਹ ਲਾ ਪੇ ਤੇ ਹੁਣ ਅਸੀਂ ਕਾਰਵਾਨ ਪੜਨ ਲੱਗਿਆ ਕਾਰਵਾਨ ਵੀ ਇਹਦਾ ਹੀ ਭਰਾ ਏ ਛੋਟਾ ਇਹਦੇ ਵਿੱਚ ਇੰਜਨ ਹੈਗਾ ਔਰ ਕਾਰਵਾਨ ਦੇ ਵਿੱਚ ਇੰਜਨ ਨਹੀਂ ਹੁੰਦਾ ਇੱਥੇ ਹੋ ਸਕਦਾ ਉਹਦੀ ਵੀ ਕਿਰੇ ਫੋਟੋ ਹੋਵੇ ਕਾਰਵਾਨ 呃呃呃呃。Uh, uh, 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 uh.